ਤੁਸੀਂ ਪਿੰਡ ਮਰਨਾਈਆਂ ਦੇ ਸਰਪੰਚ ਹੋ? ਹਾਂਜੀ ਹਾਂ। ਕੀ ਸ਼ੁਭ ਨਾਮ? ਜਸਵਿੰਦਰ ਸਿੰਘ। ਜਸਵਿੰਦਰ ਭਾਅ ਜੀ, ਪਿੰਡ ਦੇ ਵਿੱਚ ਕੀ ਇਹੋ ਜਿਹਾ ਮਾਹੌਲ ਹੋਇਆ ਵੀ ਪਿੰਡ ਪੂਰੀ ਪੁਲਿਸ ਛਾਉਣੀ ਦੇ ਵਿੱਚ ਹੀ ਤਬਦੀਲ ਹੋ ਗਿਆ? ਇਹ ਭਾਅ ਜੀ ਨਾ ਤਕਰੀਬਨ 7:15-8 ਵਜੇ ਨਾ ਜੀ ਇੱਕ ਨੋਵਾ ਗੱਡੀ ਆਈ ਸੀਗੀ। ਅੱਛਾ ਜੀ। ਉਹਦੇ ਮਗਰ ਇੱਕ ਫੋਰਚੂਨਰ ਗੱਡੀ ਸੀਗੀ, ਉਹਦਾ ਪਿੱਛਾ ਕਰਦੀ ਸੀ। ਅੱਛਾ। ਗੱਡੀਆਂ ਸੀ ਉਹ ਨਾ ਸਾਡੇ ਇੱਧਰ ਇੱਕ ਗੁਰਦੁਆਰਾ ਸਾਹਿਬ ਆ ਜੀ, ਬਾਬਾ ਭਾਈ ਚਾਚਾ ਜੀ ਜੀ, ਉਹ ਉੱਥੇ ਤਕਰੀਬਨ ਉੱਧਰ ਨੂੰ ਗੱਡੀ ਵਾਰ ਲਈ ਉਹਨਾਂ ਨੇ, ਖੇਤਾਂ ਦੇ ਥੋੜ੍ਹਾ ਲੱਗ ਗਿਆ। ਅੱਛਾ ਜੀ। ਅਤੇ ਉਹ ਗੱਡੀ ਦੇ ਵਿੱਚੋਂ ਕਹਿੰਦੇ ਜੋ ਦੱਸਦੇ ਆ ਉੱਥੇ ਜੀ, ਮੈਨੂੰ ਤਾਂ ਪਤਾ ਨਹੀਂ ਉੱਥੇ ਕੌਣ ਸੀਗੇ, ਅਤੇ ਉਹ ਦੋ ਬੰਦੇ ਕਹਿੰਦੇ ਉਹਦੇ ਵਿੱਚੋਂ ਉਤਰ ਕੇ ਭੱਜ ਗਏ ਸਾਈਡ ਨੂੰ ਖੇਤਾਂ ਨੂੰ, ਕਹਿੰਦਾ ਟੱਪ ਗਏ। ਅੱਛਾ ਜੀ। ਅਤੇ ਉਸ ਤੋਂ ਬਾਅਦ ਸਾਰਾ ਹੀ ਫਰੈਂਡ ਉਹਨਾਂ ਨੇ ਸੀਲ ਕਰ ਦਿੱਤਾ। ਮਤਲਬ ਉਹ ਗੱਡੀ ਸਵਾਰ ਵੀ ਦੋ ਹੀ ਸੀਗੇ? ਗੱਡੀ ਦੇ ਵਿੱਚ ਹਾਂਜੀ ਦੱਸਦੇ ਤਾਂ ਦੋ ਹੀ ਆ ਬੰਦੇ। ਹੁਣ ਭਾਅ ਜੀ ਮੈਂ ਤਕਰੀਬਨ ਮੈਂ ਵੀ ਇੱਥੇ ਸੀਗਾ ਨਹੀਂ ਉਦੋਂ, ਮੈਂ ਇੱਕ ਘੰਟੇ ਬਾਅਦ ਆਇਆ, ਅਤੇ ਜੋ ਦੱਸਦੇ ਆ ਦੋ ਬੰਦੇ ਸੀਗੇ ਕਹਿੰਦੇ। ਪੁਲਿਸ ਨੇ ਗੱਡੀ ਫੜ ਲਈ? ਹਾਂ, ਗੱਡੀ ਸ਼ਾਇਦ ਪੁਲਿਸ ਵਾਲੇ ਲੈ ਗਏ। ਦੂਸਰੀ ਗੱਲ ਭਾਅ ਜੀ, ਕੋਈ ਇੱਕ ਬੜਾ ਰੌਲਾ ਪੈਣ ਡਿਆ ਵੀ ਅੰਮ੍ਰਿਤਪਾਲ ਦਾ ਸਰਚ ਆਪਰੇਸ਼ਨ ਆ, ਕੁਛ ਇੱਦਾਂ ਦੀ ਵੀ ਗੱਲ? ਇੱਦਾਂ ਦੀ ਭਾਅ ਜੀ ਸਾਹਮਣੇ ਤਾਂ ਆ ਰਹੀ ਆ, ਬਾਕੀ ਪਤਾ ਨਹੀਂ। ਕਦੋਂ ਤੋਂ ਪੁਲਿਸ ਆਈ ਹੋਈ ਪਿੰਡ 'ਚ? ਕਦੋਂ ਤੋਂ? ਸਵਾ 8:30 ਵਜੇ ਤਕਰੀਬਨ। ਕੋਈ ਵੱਡੀ ਕਿਹੜੇ ਵੱਡੇ ਅਫਸਰ ਆਏ ਸੀ, ਕੁਛ ਹੈ ਜਾਣਕਾਰੀ ਤੁਹਾਨੂੰ? ਭਾਅ ਜੀ ਸਾਰੀ ਪੁਲਿਸ ਸੀਗੀ, ਬਹੁਤ 4 ਜ਼ਿਲ੍ਹਿਆਂ ਦੀ ਪੁਲਿਸ ਆਈ ਹੋਈ ਆ ਇੱਥੇ। ਤਾਂ ਇਸ ਤੋਂ ਬਾਅਦ ਕਈ ਘਰਾਂ ਦੀ ਵੀ ਤਲਾਸ਼ੀ ਲਈ? ਤਕਰੀਬਨ ਸਾਰੇ ਘਰਾਂ ਦੀ ਲੈ ਰਹੇ ਜੀ, ਸਾਡੇ ਸਾਹਮਣੇ ਹੀ ਆ, ਦੇਖ ਲਓ ਸਾਰੇ ਘਰਾਂ ਹੀ ਲੈ ਰਹੇ। ਪਿੰਡ ਵਾਲੇ ਪੂਰਾ ਸਹਿਯੋਗ ਹੈ? ਤੇ ਕੋਈ ਕਦੀ ਐਕਟੀਵਿਟੀ ਦੇਖੀ ਹੋਵੇ ਕੋਈ ਅੰਮ੍ਰਿਤਪਾਲ ਦੀ ਇੱਧਰ? ਨਹੀਂ, ਇੱਦਾਂ ਦਾ ਕੁਛ ਨਹੀਂ ਹੈਗਾ। ਕੋਈ ਉਸ ਗੁਰਦੁਆਰਾ ਦਾ ਕੁਛ ਨਹੀਂ? ਨਹੀਂ, ਕੁਛ ਵੀ ਨਹੀਂ ਹੈਗਾ। ਕੋਈ ਹੈ ਕੋਈ ਸਾਡੇ ਪਿੰਡ ਦੇ ਵਿੱਚ ਇੱਦਾਂ ਦਾ ਕੋਈ ਨਹੀਂ ਹੈਗਾ, ਕੋਈ ਸਮਰਥਕ ਵਗੈਰਾ ਉਹਦਾ ਜਾਂ ਕੁਛ? ਸਾਡੇ ਪਿੰਡ ਵਿੱਚ ਤਾਂ ਇੱਦਾਂ ਦਾ ਸਾਡੀ ਨਿਗਾਹ 'ਚ ਕੋਈ ਨਹੀਂ ਹੈਗਾ। ਸਟੇਬਲ ਆ ਕੰਡੀਸ਼ਨ? ਬਿਲਕੁਲ। ਜਿਸ ਗੁਰਦੁਆਰਾ ਸਾਹਿਬ ਉੱਥੇ ਕੋਈ ਐਕਟੀਵਿਟੀ ਦਾ ਅੰਮ੍ਰਿਤਪਾਲ? ਨਹੀਂ ਨਹੀਂ, ਬਿਲਕੁਲ ਨਹੀਂ ਹੈਗਾ। ਗੁਰਦੁਆਰਾ ਸਾਹਿਬ ਦੇ ਵਿੱਚ ਉਹ ਗਲਤੀ ਨਾਲ ਉਹਨਾਂ ਨੇ ਮੋੜ ਲਈ ਆ। ਉਹ 2 ਲਿੰਕ ਰੋਡ ਜਾਂਦੇ ਆ, ਇੱਕ ਗਾਹਾਂ ਨਿਕਲਦਾ ਸਾਰੀ ਪਿੰਡ ਨੂੰ, ਇੱਕ ਜਾਂਦਾ ਗੁਰਦੁਆਰਾ ਸਾਹਿਬ ਨੂੰ, ਗੁਰਦੁਆਰਾ ਸਾਹਿਬ ਤੋਂ ਜਾ ਕੇ ਬੰਦ ਹੋ ਜਾਂਦਾ ਉਹ। ਉਹਨਾਂ ਨੇ ਗੱਡੀ ਉੱਥੇ ਖੜੀ ਕਰ ਦਿੱਤੀ ਆ, ਗੱਡੀ ਤੋਂ ਬਾਅਦ ਉਹ ਭੱਜ ਗਏ। ਤਾਂ ਮਤਲਬ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਨਹੀਂ ਕੀਤੇ? ਨਹੀਂ ਕੀਤੇ ਆ। ਅੱਛਾ, ਕਰ ਗਏ। ਹਾਂ, ਗੱਡੀ ਸ਼ਾਇਦ ਉਹਨਾਂ ਨੇ ਅੰਦਰ ਵਾੜੀ ਆ। ਅੱਛਾ ਜੀ। ਉੱਥੋਂ ਕੰਧਾਂ ਟੱਪੀਆਂ ਤੇ ਭੱਜ ਗਏ। ਓਕੇ, ਕਿੰਨੇ ਬੰਦੇ? ਮਤਲਬ ਬੰਦੇ ਬੰਦਿਆਂ 'ਚੋਂ ਮਤਲਬ ਤੁਹਾਡੀ ਜਾਣਕਾਰੀ ਦੇ ਮੁਤਾਬਕ ਕੋਈ ਇਹਨਾਂ ਦੇ ਹੱਥ ਨਹੀਂ ਲੱਗਾ? ਨਹੀਂ ਜੀ। ਇਹ ਭਾਅ ਜੀ ਨਾ ਤਕਰੀਬਨ 7:15-8 ਵਜੇ ਨਾ ਜੀ ਇੱਕ ਨੋਵਾ ਗੱਡੀ ਆਈ ਸੀਗੀ। ਅੱਛਾ ਜੀ। ਉਹਦੇ ਮਗਰ ਇੱਕ ਫੋਰਚੂਨਰ ਗੱਡੀ ਸੀਗੀ, ਉਹਦਾ ਪਿੱਛਾ ਕਰਦੀ ਸੀ। ਅੱਛਾ। ਗੱਡੀਆਂ ਸੀ ਉਹ ਨਾ ਸਾਡੇ ਇੱਧਰ ਇੱਕ ਗੁਰਦੁਆਰਾ ਸਾਹਿਬ ਆ ਜੀ, ਬਾਬਾ ਭਾਈ ਚਾਚਾ ਜੀ ਜੀ, ਉਹ ਉੱਥੇ ਤਕਰੀਬਨ ਉੱਧਰ ਨੂੰ ਗੱਡੀ ਵਾਰ ਲਈ ਉਹਨਾਂ ਨੇ, ਖੇਤਾਂ ਦੇ ਥੋੜ੍ਹਾ ਲੱਗ ਗਿਆ। ਅੱਛਾ ਜੀ। ਅਤੇ ਉਹ ਗੱਡੀ ਦੇ ਵਿੱਚੋਂ ਕਹਿੰਦੇ ਜੋ ਦੱਸਦੇ ਆ ਉੱਥੇ ਜੀ, ਮੈਨੂੰ ਤਾਂ ਪਤਾ ਨਹੀਂ ਉੱਥੇ ਕੌਣ ਸੀਗੇ, ਅਤੇ ਉਹ ਦੋ ਬੰਦੇ ਕਹਿੰਦੇ ਉਹਦੇ ਵਿੱਚੋਂ ਉਤਰ ਕੇ ਭੱਜ ਗਏ ਸਾਈਡ ਨੂੰ ਖੇਤਾਂ ਨੂੰ, ਕਹਿੰਦਾ ਟੱਪ ਗਏ। ਅੱਛਾ ਜੀ। ਅਤੇ ਉਸ ਤੋਂ ਬਾਅਦ ਸਾਰਾ ਹੀ ਫਰੈਂਡ ਉਹਨਾਂ ਨੇ ਸੀਲ ਕਰ ਦਿੱਤਾ। ਮਤਲਬ ਉਹ ਗੱਡੀ ਸਵਾਰ ਵੀ ਦੋ ਹੀ ਸੀਗੇ? ਗੱਡੀ ਦੇ ਵਿੱਚ ਹਾਂਜੀ ਦੱਸਦੇ ਤਾਂ ਦੋ ਹੀ ਆ ਬੰਦੇ। ਠੀਕ ਹੈ। ਸਾਨੂੰ ਤਾਂ ਹੁਣ ਭਾਅ ਜੀ ਮੈਂ ਤਕਰੀਬਨ ਮੈਂ ਵੀ ਇੱਥੇ ਸੀਗਾ ਨਹੀਂ ਉਦੋਂ, ਓਕੇ, ਮੈਂ ਇੱਕ ਘੰਟੇ ਬਾਅਦ ਆਇਆ। ਅੱਛਾ ਜੀ। ਅਤੇ ਜੋ ਦੱਸਦੇ ਆ ਦੋ ਬੰਦੇ ਸੀਗੇ ਕਹਿੰਦੇ। ਪੁਲਿਸ ਨੇ ਗੱਡੀ ਫੜ ਲਈ? ਹਾਂ, ਗੱਡੀ ਸ਼ਾਇਦ ਪੁਲਿਸ ਵਾਲੇ ਲੈ ਗਏ। ਅੱਛਾ। ਦੂਸਰੀ ਗੱਲ ਭਾਅ ਜੀ, ਕੋਈ ਇੱਕ ਬੜਾ ਰੌਲਾ ਪੈਣ ਡਿਆ ਵੀ ਅੰਮ੍ਰਿਤਪਾਲ ਦਾ ਸਰਚ ਆਪਰੇਸ਼ਨ ਆ, ਕੁਛ ਇੱਦਾਂ ਦੀ ਵੀ ਗੱਲ? ਇੱਦਾਂ ਦੀ ਭਾਅ ਜੀ ਸਾਹਮਣੇ ਤਾਂ ਆ ਰਹੀ ਆ, ਬਾਕੀ ਪਤਾ ਨਹੀਂ। ਕਦੋਂ ਤੋਂ ਪੁਲਿਸ ਆਈ ਹੋਈ ਪਿੰਡ 'ਚ? ਕਦੋਂ ਤੋਂ? 7:30-8 ਵਜੇ ਤਕਰੀਬਨ। ਕੋਈ ਵੱਡੀ ਕਿਹੜੇ ਵੱਡੇ ਅਫਸਰ ਆਏ ਸੀ, ਕੁਛ ਹੈ ਜਾਣਕਾਰੀ ਤੁਹਾਨੂੰ? ਭਾਅ ਜੀ ਸਾਰੀ ਪੁਲਿਸ ਸੀਗੀ, ਬਹੁਤ 4 ਜ਼ਿਲ੍ਹਿਆਂ ਦੀ ਪੁਲਿਸ ਆਈ ਹੋਈ ਆ ਇੱਥੇ। ਤਾਂ ਇਸ ਤੋਂ ਬਾਅਦ ਕਈ ਘਰਾਂ ਦੀ ਵੀ ਤਲਾਸ਼ੀ ਲਈ? ਤਕਰੀਬਨ ਸਾਰੇ ਘਰਾਂ ਦੀ ਲੈ ਰਹੇ ਜੀ, ਸਾਡੇ ਸਾਹਮਣੇ ਹੀ ਆ, ਦੇਖ ਲਓ ਸਾਰੇ ਘਰਾਂ ਹੀ ਲੈ ਰਹੇ। ਪਿੰਡ ਵਾਲੇ ਪੂਰਾ ਸਹਿਯੋਗ ਹੈ? ਤੇ ਕੋਈ ਕਦੀ ਐਕਟੀਵਿਟੀ ਦੇਖੀ ਹੋਵੇ ਕੋਈ ਅੰਮ੍ਰਿਤਪਾਲ ਦੀ ਇੱਧਰ? ਨਹੀਂ, ਇੱਦਾਂ ਦਾ ਕੁਛ ਨਹੀਂ ਹੈਗਾ। ਕੋਈ ਉਸ ਇੱਦਾਂ ਦਾ ਕੁਛ? ਨਹੀਂ ਨਹੀਂ, ਕੁਛ ਵੀ ਨਹੀਂ ਹੈਗਾ। ਕੋਈ ਹੈ ਕੋਈ? ਸਾਡੇ ਪਿੰਡ ਦੇ ਵਿੱਚ ਇੱਦਾਂ ਦਾ ਕੋਈ ਨਹੀਂ ਹੈਗਾ, ਕੋਈ ਸਮਰਥਕ ਵਗੈਰਾ ਉਹਦਾ ਜਾਂ ਕੁਛ? ਸਾਡੇ ਪਿੰਡ ਵਿੱਚ ਤਾਂ ਇੱਦਾਂ ਦਾ ਸਾਡੀ ਨਿਗਾਹ 'ਚ ਕੋਈ ਨਹੀਂ ਹੈਗਾ। ਸਟੇਬਲ ਆ ਕੰਡੀਸ਼ਨ? ਬਿਲਕੁਲ। ਜਿਸ ਗੁਰਦੁਆਰਾ ਸਾਹਿਬ ਉੱਥੇ ਕੋਈ ਐਕਟੀਵਿਟੀ ਦਾ ਅੰਮ੍ਰਿਤਪਾਲ? ਨਹੀਂ ਨਹੀਂ, ਬਿਲਕੁਲ ਨਹੀਂ ਹੈਗਾ। ਗੁਰਦੁਆਰਾ ਸਾਹਿਬ ਦੇ ਵਿੱਚ ਉਹ ਗਲਤੀ ਨਾਲ ਉਹਨਾਂ ਨੇ ਮੋੜ ਲਈ ਆ। ਅੱਛਾ। ਉਹ 2 ਲਿੰਕ ਰੋਡ ਜਾਂਦੇ ਆ, ਇੱਕ ਗਾਹਾਂ ਨਿਕਲਦਾ ਸਾਰੀ ਪਿੰਡ ਨੂੰ, ਇੱਕ ਜਾਂਦਾ ਗੁਰਦੁਆਰਾ ਸਾਹਿਬ ਨੂੰ, ਗੁਰਦੁਆਰਾ ਸਾਹਿਬ ਤੋਂ ਜਾ ਕੇ ਬੰਦ ਹੋ ਜਾਂਦਾ ਉਹ। ਅੱਛਾ ਜੀ। ਉਹਨਾਂ ਨੇ ਗੱਡੀ ਉੱਥੇ ਖੜੀ ਕਰ ਦਿੱਤੀ ਆ, ਗੱਡੀ ਤੋਂ ਬਾਅਦ ਉਹ ਭੱਜ ਗਏ। ਤਾਂ ਮਤਲਬ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਨਹੀਂ ਕੀਤੇ? ਨਹੀਂ ਕੀਤੇ ਆ। ਅੱਛਾ, ਕਰ ਗਏ। ਹਾਂ, ਗੱਡੀ ਸ਼ਾਇਦ ਉਹਨਾਂ ਨੇ ਅੰਦਰ ਵਾੜੀ ਆ। ਅੱਛਾ ਜੀ। ਉੱਥੋਂ ਕੰਧਾਂ ਟੱਪੀਆਂ ਤੇ ਭੱਜ ਗਏ। ਓਕੇ, ਕਿੰਨੇ ਬੰਦੇ? ਮਤਲਬ ਬੰਦਿਆਂ 'ਚੋਂ ਮਤਲਬ ਤੁਹਾਡੀ ਜਾਣਕਾਰੀ ਦੇ ਮੁਤਾਬਕ ਕੋਈ ਇਹਨਾਂ ਦੇ ਹੱਥ ਨਹੀਂ ਲੱਗਾ? ਨਹੀਂ ਜੀ।